ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਇੱਕ ਡਿਫਰੈਂਟ ਜੀ ਵਿਸ਼ਾ ਵਾ, ਅਤੇ ਉਹ ਆ ਕਿ ਜਿੱਦਾਂ ਤੁਸੀਂ ਇੰਡੀਆ ਤੋਂ ਜਿਹੜੇ ਨਵੇਂ ਬੰਦੇ ਆ ਰਹੇ ਹੋ ਉਹਨਾਂ ਵਾਸਤੇ ਵੀ, ਅਤੇ ਰੂਹਾਨੀ ਵਾਲਿਆਂ ਨੂੰ ਤਕਰੀਬਨ ਪਤਾ ਹੀ ਹੋਣਾ, ਅਤੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹ ਵੀ ਇਹ ਵੀਡੀਓ ਦੇਖ ਲੈਣ। ਅਤੇ ਜਿਹੜੇ ਇੰਡੀਆ ਤੋਂ ਆ ਰਹੇ ਹੋ ਕਿ ਤੁਸੀਂ ਇੰਡੀਆ ਤੋਂ ਜਦ ਆਉਣਾ ਹੈ ਨਾ, ਅਤੇ ਕੱਪੜੇ ਨਵੇਂ ਲੈ ਕੇ ਆਉਂਦੇ ਆ, ਮਹਿੰਗੇ ਕੱਪੜੇ, ਭਾਰੇ ਕੱਪੜੇ, ਗਰਮ ਕੱਪੜੇ, ਅਤੇ ਬੂਟ ਬਾਟ ਲੈ ਕੇ ਆਉਂਦੇ ਆ ਕਿ ਉੱਥੇ ਬਰਫ਼ ਪੈਂਦੀ ਆ, ਅਤੇ ਉਹਦੇ ਹਿਸਾਬ ਨਾਲ। ਅਤੇ ਹੁਣ ਇੰਡੀਆ ਦਾ ਬਹੁਤ ਮਹਿੰਗੇ ਕੱਪੜੇ ਆ, ਅਤੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਰੁਮਾਨੀਆ ਵਿੱਚ ਸੈਕਿੰਡ ਹੈਂਡ ਮਾਰਕੀਟਾਂ ਬਹੁਤ ਆ, ਜਿਹੜੀਆਂ ਸੈਕਿੰਡ ਹੈਂਡ ਮਾਰਕੀਟ ਆ, ਉੱਥੋਂ ਵਧੀਆ ਕੱਪੜੇ, ਭਾਰੇ ਕੱਪੜੇ, ਸ਼ੂਜ਼ ਵਗੈਰਾ, ਟੋਪੀਆਂ, ਮਫਲਰ, ਟੋਟਲ ਸਮਾਨ, ਇਹ ਤੋਂ ਇਲਾਵਾ ਘਰ ਦਾ ਸਮਾਨ ਜਾਂ ਚਾਰਜਰ, ਪਾਵਰ ਬੈਂਕ, ਇੱਦਾਂ ਦੀਆਂ ਚੀਜ਼ਾਂ ਵੀ, ਇਹ ਚੀਜ਼ਾਂ ਸੈਕਿੰਡ ਹੈਂਡ ਸਸਤੀਆਂ ਮਿਲਦੀਆਂ। ਅਤੇ ਤੁਸੀਂ ਬਾਹਲੇ ਮਹਿੰਗੇ ਕੱਪੜੇ ਨਾ ਲੈ ਕੇ ਆਓ ਇੰਡੀਆ ਤੋਂ, ਠੀਕ ਆ ਜੀ, ਕਿਉਂਕਿ ਰੁਮਾਨੀਆ ਦੇ ਵਿੱਚ ਬਹੁਤ ਇੱਦਾਂ ਦੀਆਂ ਮਾਰਕੀਟਾਂ ਹੈਗੀਆਂ ਵਾ, ਅਤੇ ਜਿੱਥੇ ਇੱਦਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ, ਸਸਤੇ ਕੱਪੜੇ, ਮਹਿੰਗੇ ਬਰਫ਼ ਪਾਉਣ ਵਾਲੇ ਵਧੀਆ ਕੱਪੜੇ ਹੁੰਦੇ, ਸੈਕਿੰਡ ਹੈਂਡ ਫਸਟ ਹੈਂਡ ਵੀ ਮਿਲ ਜਾਂਦੇ ਆ, ਸਸਤੇ ਉਹ ਵੀ ਮਿਲ ਜਾਂਦੇ ਆ, ਅਤੇ ਨਵੇਂ ਤਾਂ ਮਿਲ ਹੀ ਜਾਂਦੇ, ਉਹ ਤਾਂ ਮਹਿੰਗੇ ਆ। ਅਤੇ ਹੁਣ ਨਵੇਂ ਜਿਹੜੇ ਬੰਦੇ ਆ ਰਹੇ ਆ ਉਹਨਾਂ ਵਾਸਤੇ ਇਹ ਇੱਦਾਂ ਹੋ ਸਕਦਾ ਨਾ ਕਿ ਪੈਸੇ ਨਹੀਂ ਹੁੰਦੇ ਕਈ ਵਾਰੀ, ਜਾਂ ਤੁਸੀਂ ਇੰਡੀਆ ਤੋਂ ਮਤਲਬ ਨਹੀਂ ਪੈਸੇ ਹੁੰਦੇ, ਤਾਂ ਉਹ ਜਿਹੜੇ ਇੰਡੀਆ ਦੇ ਜਿਹੜੇ ਮੇਰੇ ਵੀਰ ਆ ਜਿਹੜੇ ਸੋਚਣ ਡਿਆ ਕਿ ਸਾਨੂੰ 20,000 ਦੇ ਕੱਪੜੇ ਲੈਣੇ ਪੈਣੇ ਆ, 15,000 ਦੇ ਕੱਪੜੇ ਲੈ ਕੇ ਜਾਣਾ ਪੈਣਾ, ਮੋਟੇ ਕੱਪੜੇ ਜਿੱਥੇ ਬਰਫ਼ ਪੈਂਦੀ ਆ, ਅਤੇ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਆ, ਤੁਸੀਂ ਸਿਰਫ ਥੋੜ੍ਹੇ ਕੱਪੜੇ ਆਪਦੇ ਲੈ ਕੇ ਆਓ, ਇੱਥੋਂ ਬਹੁਤ ਕੱਪੜੇ ਮਿਲ ਜਾਂਦੇ ਆ। ਹੁਣ ਸਾਡੇ ਬਰਾਸਮ ਦੇ ਵਿੱਚ ਘੱਟੋ ਘੱਟ 5-7 ਮਾਰਕੀਟਾਂ ਹੈਗੀਆਂ ਜਿੱਥੇ ਸੈਕਿੰਡ ਹੈਂਡ ਕੱਪੜੇ, ਸ਼ੂਜ਼ ਵਗੈਰਾ, ਹੋਰ ਪੈਂਟਾਂ ਪੁੰਟਾਂ, A to Z ਕੱਪੜੇ ਮਿਲ ਜਾਂਦੇ ਸੈਕਿੰਡ ਹੈਂਡ, ਜਿਹੜੇ ਵੀ ਕੰਮ 'ਤੇ ਪਾਉਂਦੇ, ਕੰਮ 'ਤੇ ਵਰਦੀਆਂ ਤਾਂ ਕੰਪਨੀਆਂ ਦਿੰਦੀਆਂ, ਪਰ ਉਹ ਵਰਦੀਆਂ ਜੇ ਧੋ ਦਈਏ ਫਿਰ ਸੁੱਕਦੀਆਂ ਨਹੀਂ, ਜਾਂ ਇੱਦਾਂ ਵੀ ਆਪਾਂ ਬਦਲ ਕੇ ਪਾ ਸਕਦੇ ਹਾਂ, ਤਾਂ ਅੰਦਰ ਦੀ ਕੱਪੜੇ ਪਾਉਣ ਨੂੰ ਗਰਮ, ਜਾਂ ਇਨਰ ਵਗੈਰਾ, ਇੱਦਾਂ ਦੀਆਂ ਆਈਟਮਾਂ ਸਾਰਾ ਕੁਛ ਇੱਥੇ ਮਿਲ ਜਾਂਦਾ। ਅਤੇ ਇਹ ਵੀਡੀਓ ਮੈਂ ਥੋੜ੍ਹਾ ਦਿਨ ਪਹਿਲਾਂ ਮੇਰੇ ਦਿਮਾਗ 'ਚ ਹੀ ਪਾਉਣ ਦੀ, ਉਹ ਥੋੜ੍ਹਾ ਕੰਮ ਦੇ ਕਰਕੇ ਲੇਟ ਲੇਟ ਹੁੰਦਾ ਗਿਆ, ਅਤੇ ਉਹ ਫਿਰ ਅੱਜ ਮੈਂ ਪਾ ਰਿਹਾ ਫਾਈਨਲ। ਅਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਆ, ਜੇ ਤੁਸੀਂ ਜ਼ਿਆਦਾ ਕੱਪੜੇ ਨਹੀਂ ਲੈ ਕੇ ਆਏ ਜਾਂ ਪੈਸੇ ਦੀ ਵਜ੍ਹਾ ਕਰਕੇ ਨਹੀਂ ਲੈ ਕੇ ਆ ਸਕਦੇ, ਮੈਨੂੰ ਪਤਾ ਕਿ ਪੈਸੇ ਪੂਸਿਆਂ ਦੀ ਹੈ ਨਾ ਪ੍ਰੋਬਲਮ ਹੁੰਦੀ ਆ, ਬਾਹਲੇ ਮਹਿੰਗੇ ਕੱਪੜੇ ਲੈਣ ਦੀ ਤੁਹਾਨੂੰ ਲੋੜ ਨਹੀਂ ਆ, ਸੈਕਿੰਡ ਹੈਂਡ ਕੱਪੜੇ ਇੱਥੇ ਮਿਲਦੇ ਆ, ਜਦੋਂ ਬੰਦਾ ਜਾਂਦਾ ਜਾਂ ਕਿੱਦਾਂ ਉਦੋਂ ਨਵੇਂ ਤੁਸੀਂ ਲੈ ਲੂ ਸਕਦੇ ਆ, ਘਰ ਪਾਉਣ ਨੂੰ ਜਾਂ ਕੰਮ ਦੇ ਪਾਉਣ ਨੂੰ ਇੱਥੇ ਸੈਕਿੰਡ ਹੈਂਡ ਕੱਪੜੇ ਮਿਲ ਜਾਂਦੇ ਆ। ਉਹਦੀਆਂ ਮਾਰਕੀਟਾਂ ਬਹੁਤ ਤਕਰੀਬਨ ਸਾਰੇ ਰੁਮਾਨੀਆਂ 'ਚ ਹੈਗੀਆਂ, ਜਿਹੜੇ ਬੁੱਕਾਂ ਰੈਸਟ ਉੱਥੇ ਵੀ ਹੈਗੀਆਂ ਇਹੋ ਜਿਹੀਆਂ ਮਾਰਕੀਟਾਂ, ਫਿਰ ਬਰਾਸਵ ਵਿੱਚ ਤਾਂ ਸਾਡੇ ਹੈਗੀਆਂ ਹੀ ਹੈਗੀਆਂ। ਅਤੇ ਇਸ ਮਾਰਕੀਟ ਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਅਤੇ ਉੱਥੇ ਤੁਸੀਂ ਜਾ ਕੇ ਮੈਪ 'ਚ ਚੈੱਕ ਕਰ ਲਿਓ, ਠੀਕ ਹੈ ਜੀ। ਅਤੇ ਇੱਦਾਂ ਦੀਆਂ ਹੋਰ ਮਾਰਕੀਟਾਂ ਵੀ ਆ ਬਹੁਤ। ਹੁਣ ਇਹ ਨਾ ਮੈਨੂੰ ਪੁੱਛਿਓ ਵੀ ਭਾਅ ਜੀ ਬਰਾਸਵ ਵਿੱਚ ਜਾਂ CBU ਵਿੱਚ ਜਾਂ ਬਕਾਊ ਵਿੱਚ ਕੋਈ ਕਿੱਥੇ ਕਿੱਥੇ ਮਾਰਕੀਟ ਆ, ਇੰਨਾ ਨਹੀਂ ਮੈਨੂੰ ਪਤਾ ਹੈਗਾ, ਇਹ ਤੁਹਾਨੂੰ ਆਪਣਾ ਕਰਨਾ ਪੈਣਾ, ਉੱਥੇ ਪੁਰਾਣੇ ਬੰਦੇ ਦੱਸ ਦੁੱਸ ਦਿੰਦੇ ਆ। ਬਰਾਸਵ ਵਿੱਚ ਵੀ ਜਿਹੜਾ ਕੋਈ ਆਵੇ ਉਹ ਮੈਨੂੰ ਪੁੱਛ ਸਕਦਾ, ਉਹ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਦੱਸ ਦੂੰਗਾ। ਤਕਰੀਬਨ ਜਿਹੜੀਆਂ 5-7 ਮਾਰਕੀਟਾਂ ਦਾ ਮੈਨੂੰ ਪਤਾ ਵਾ, ਠੀਕ ਆ ਜੀ। ਸੈਕਿੰਡ ਹੈਂਡ ਕੱਪੜੇ ਮਿਲਦੇ, ਵਧੀਆ ਮਿਲਦੇ, ਹੋਰ ਵੀ ਸਮਾਨ ਜਿਹੜਾ ਮਿਲਦਾ ਇੱਥੇ, ਅਤੇ ਮਤਲਬ ਕਿ ਤੁਸੀਂ ਬਾਹਲੇ ਪੈਸੇ ਪੂਸੇ ਖਰਚਣ ਦੀ ਤੁਹਾਨੂੰ ਲੋੜ ਨਹੀਂ ਆ, ਅਤੇ ਇੱਦਾਂ ਦਾ ਸਮਾਨ ਇੱਥੇ ਮਿਲਦਾ, ਠੀਕ ਹੈ ਜੀ। ਸਾਰਾ ਚਾਰਜਰ ਚੂਜਰ, ਇੱਦਾਂ ਦਾ ਮੋਬਾਈਲ ਮੋਬੂਲ ਵਗੈਰਾ ਵੀ, ਇਸ ਸਾਰਾ ਕੁਛ ਮਿਲਦਾ ਸੈਕਿੰਡ ਹੈਂਡ, ਤੁਹਾਨੂੰ ਇਹੀ ਦੱਸਣਾ ਸੀ। ਸੋ ਮੈਂ ਕਿਹਾ ਚਲੋ ਇੱਕ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਿੰਦੇ ਹਾਂ, ਅਤੇ ਬਾਹਲੇ ਪੈਸੇ ਖਰਚਣ ਦੀ ਲੋੜ ਨਹੀਂ, ਤੁਸੀਂ ਇੱਦਾਂ ਕੰਮ ਚਲਾਓ, ਸਾਰਾ ਕੁਛ ਹੈਗਾ ਇੱਥੇ ਸੈਕਿੰਡ ਹੈਂਡ ਕੱਪੜੇ, ਅਤੇ ਉਹੀ ਤੁਹਾਨੂੰ ਦੱਸਣਾ ਸੀ। ਸੋ ਵੀਡੀਓ ਦੇਖਿਓ ਅਤੇ ਸ਼ੇਅਰ ਵੀ ਕਰਿਓ ਜੇ ਵਧੀਆ ਲੱਗੇ, ਪਲੀਜ਼ ਸ਼ੇਅਰ ਕਰ ਦਿਆ ਕਰੋ ਅੱਗੇ ਜੇ ਤੁਹਾਨੂੰ ਵਧੀਆ ਲੱਗੇ, ਹੈ ਨਾ, ਕਿਉਂਕਿ ਅੱਗੇ ਹੋਰ ਵੀ ਕੋਈ ਦੇਖੂਗਾ ਅਤੇ ਨੌਲੇਜ ਹੀ ਵੱਧਦੀ ਹੈ। ਬਾਕੀ ਮੈਂ ਹੋਰ ਵੀਡੀਓ ਹੋਰ ਚੀਜ਼ਾਂ 'ਤੇ ਸਾਰਿਆਂ 'ਤੇ ਮੈਂ ਵੀਡੀਓ ਹੌਲੀ ਹੌਲੀ
ਬਣਾਉਂਦਾ ਜਾਊਂਗਾ ਜਿੱਦਾਂ ਜਿੱਦਾਂ ਮੈਨੂੰ ਟਾਈਮ ਮਿਲਦਾ, ਡਿਊਟੀ ਆ, ਕੰਮ ਕਰਨਾ ਪੈਂਦਾ, ਉਹਦੇ ਵਿੱਚ ਸਾਰਾ ਕੁਛ ਕਰਕੇ ਫਿਰ ਮੈਨੂੰ ਇਹ ਵੀਡੀਓ ਬਣਾਉਣੀਆਂ ਪੈਂਦੀਆਂ, ਅਤੇ ਉਹ ਮੈਂ ਸਾਰਾ ਕੁਛ ਹੌਲੀ ਹੌਲੀ ਸਾਰੇ ਹਰ ਇੱਕ ਚੀਜ਼ 'ਤੇ ਮੈਂ ਵੀਡੀਓ ਤੁਹਾਨੂੰ ਦਿੰਦਾ ਜਾਊਂਗਾ। ਸੋ ਇਹੀ ਤੁਹਾਨੂੰ ਦੱਸਣਾ ਸੀ, ਅਤੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਜੇ ਵਧੀਆ ਲੱਗੇ। ਤੋ ਬਾਕੀ ਥੈਂਕ ਯੂ ਜੀ ਸਾਰਿਆਂ ਦਾ।